ਰਾਤ ਦਾ ਕਾਫੀ ਹਿੱਸਾ ਗੁਜ਼ਰ ਚੁੱਕੇ, ਆਖਿਰ ਦੇ ਅੰਦਰ ਮਜਮੇ ਨਾਲ ਬੋਲਣ ਆਸਾਨ ਨਹੀਂ ਹੁੰਦਾ ਰਹਿੰਦਾ। ਉਹਨਾਂ ਦੇ ਤਮਾਮ ਅਵਸਾਨ ਥਕਾਵਟ ਦੇ ਵਿੱਚ ਹੁੰਦੇ ਹਨ, ਸੁੱਤੇ ਹੋਏ ਹੁੰਦੇ ਨੇ। ਤੁਹਾਡੇ ਇਲਮ ਵਿੱਚ ਹੋ ਸੀ, ਮੈਂ ਤੁਹਾਡੀ ਜ਼ੁਬਾਨ 'ਚ ਕੁਝ ਜੁਮਲੇ ਸੁਣਵੇ ਸਾਂ। ਇਹ ਮੇਰੇ ਬਜ਼ੁਰਗ ਜੱਟ ਇਹ ਭਰਾ ਜਿਹੜੇ ਬੈਠੇ ਨੇ, ਇੰਨੇ ਛੋਟੇ ਕੋਲ ਸਮਝ ਨਹੀਂ ਆਉਂਦੀ ਵੀ ਜ਼ੁਬਾਨ, ਤਾਂ ਮੈਂ ਤੁਹਾਨੂੰ ਦੋ ਚਾਰ ਜੁਮਲੇ ਸੁਣਵੇ ਸਾਂ। ਇਹ ਮਹੀਨੇ ਰਬੀਉਲ ਅਵਲ ਦਾ ਸਮਝ ਆਈਏ ਨਾ, ਇਹਦੇ ਹਵਾਲੇ ਨਾਲ ਕੁਝ ਜੁਮਲੇ ਸੁਣਵੇ ਸਾਂ। ਵਕਤ ਥੀਂਦਾ ਪਏ ਤਕਰੀਬਨ ਜੀ 12:38 ਜੇ 12 ਥੀ ਗਏ ਤੇ ਹੁਣ ਤੁਹਾਡੇ ਉੱਤੇ ਨਾ 12 ਵੱਜਣ, ਅੱਲਾ ਬਿਹਤਰੀ ਫਰਮਾਵੇ। ਜਿਹਦਾ ਅਕੀਦਾ ਸਾਰਾ ਨਬੀ ਜ਼ਿੰਦਾ ਹਯਾਤ ਏ, ਉਹੋ ਨਬੀ ਸਿੰਘ ਤੇ ਦਰੂਦ ਪੜ੍ਹੇ ਉੱਚੀ ਆਵਾਜ਼ ਨਾਲ। ਹੁਣ ਮੈਂ ਤੁਹਾਨੂੰ ਕਿਆ ਆਖਾਂ ਜੇ ਤੁਸੀਂ ਔਰਤ ਥੀ ਹੋ, ਜਿੱਥਾਂ ਬੈਠੋ ਠੀਕ ਬੈਠੋ, ਬਸ ਇਹੋ ਤਵੱਜੋ ਨਾਲ ਸੁਣਦੇ ਰਹਿਣਾ ਹੈ। ਮੈਂ ਇੱਕ ਸ਼ੇਰ ਪੜ੍ਹਦਾ, ਮੇਰੇ ਆਕਾ ਜੈ ਜਾ ਪੇਰ ਦਿੱਤੇ ਨੇ, ਮੇਰੇ ਆਕਾ ਜੈ ਜਾ ਪੇਰ ਦਿੱਤੇ ਨੇ, ਰੱਬ ਰਹਿਮਤ ਦੇ ਲਾ ਢੇਰ ਦਿੱਤੇ ਨੇ, ਮੇਰੇ ਆਕਾ ਜੈ ਜਾ ਪੇਰ ਦਿੱਤੇ ਨੇ, ਰੱਬ ਰਹਿਮਤ ਦੇ ਲਾ ਢੇਰ ਦਿੱਤੇ ਨੇ, ਕਈ ਸਾਲ ਸੋਣੀ ਨੀ ਖੀਰ ਮੁਕਾ ਜਿਹੜੀ ਬੱਕਰੀ ਤੇ ਹੱਥ ਫੇਰ ਦਿੱਤੇ। ਬੱਕਰੀ ਸਮਝ ਦੋ ਛੋਟੇ ਬੱਚੇ ਬਿਲਕੁਲ ਨਾ ਬੋਲੋ, ਤੁਹਾਡਾ ਹਜ਼ਰਤ ਤੌਸੀ ਸਾਹਿਬ ਫਰਮਿੰਦਿਆਂ ਨੇ ਬੜੇ ਅੱਛੇ ਨੇ, ਜਿਹੜਾ ਕੋਈ ਨੀ ਅੰਦਾ ਦੱਸੋ ਤੇ ਇਹ ਮਹਿਫਿਲ ਕੁਆਨ ਸਜੇ, ਜਿਹੜਾ ਯੱਗੇ ਆ ਵੇਂਦੇ ਨੇ ਮਜੇ ਦੇ ਹੀ ਹੈ। ਤੁਹਾਡੀ ਹਿਫਾਜ਼ਤ ਫਰਮਾਵੇ, ਮੇਰੇ ਨਾਲ ਤੁਲੇ ਸੋ, ਜਿਹੜੇ ਥੱਕ ਪੋਠੋ ਪੋਸੋ ਬਸ ਚੱਕਰੇ ਸੋ, ਇਹ ਕੋਈ ਗੱਲ ਹੈ ਯਾਰ, ਤਵੱਜੋ ਫਰਮਾਓ। ਇਹ ਜੋ ਕੁਝ ਪੜ੍ਹੀਦਾ ਰਹੇ ਗਏ, ਇਹ ਮੈਂ ਤੁਹਾਨੂੰ ਸੁਣਵੇਂਦਾ ਅਕਸਰ, ਮੇਰਾ ਕਲਾਮ ਹਜ਼ਰਾਤ ਪੜ੍ਹਦੇ ਰਹੇ ਗਏ, ਮੈਂ ਤੁਹਾਨੂੰ ਬਿਲਕੁਲ ਨਵੇਂ, ਮੈਂ ਨਬੀ ਸਿੰਘ ਦੀ ਅਜ਼ਮਤ ਤੇ ਤੁਹਾਨੂੰ ਮੋਤੀ ਸੁਣਵੇ ਸਾਂ। ਜ਼ੁਲਮ ਜ਼ਿਲਤ ਦੇ ਵਿੱਚ ਇਹ ਫੱਥਾ, ਅੰਧਾਰਾ ਪਕੜ ਤੇ ਬਹਿ ਗਏ ਮੱਥਾ, ਜੋ ਚੰਦਰ ਹਜ਼ਰਤ ਮਯਾਮ ਨਾ ਦਾ ਚੜਨ ਦਾ ਉਭਰੇ ਬਲਾਂ ਲੱਥਾ। ਚੰਦਰ ਮਯਾ ਦਾ ਮਿਲਾਦ ਸੁਣਨਾ ਚਾਹੁੰਦੋ, ਜਿਹੜੇ ਸੁਣਨਾ ਚਾਹੁੰਦਾ ਹੱਥ ਖੜਾ ਕਰਵਾ, ਮਿਲਾ ਸੁਣਨਾ ਚਾਹੁੰਦਾ, ਦੇਖੋ ਬਲਾ ਇਹ ਦੇਖੋ, ਥੋੜੇ ਜਿਹਾ ਅੱਖੀ ਜਗਾ ਬਹੋ, ਦਿਲ ਵੀ ਜਗਾ ਬਹੋ, ਇਨਸ਼ਾਅੱਲਾ ਤੁਹਾਨੂੰ ਨਬੀ ਸੀ ਦਾ ਮਿਲਾਦ ਸੀ ਰਾਤ ਸੁਣਵੇ ਸਾਂ, ਤੁਹਾਡੇ ਦਿਲ ਮੁਨਵਰ ਥੀ ਸਨ। ਜ਼ੁਲਮ ਜ਼ਿਲਤ ਦੇ ਵਿੱਚ ਇਹ ਫੱਥਾ, ਅੰਧਾਰਾ ਪਕੜ ਤੇ ਬਹਿ ਕੇ ਮੱਥਾ, ਜੋ ਚੰਦਰ ਹਜ਼ਰਤ ਮਯਾਮ ਨਾ ਦਾ ਜਲਣ ਦਾ ਉਭਰੇ ਬਲਾ ਨੀ ਲੱਥਾ। ਮੈਂ ਇੱਕ ਨਜ਼ਮ ਦੇ ਨਵੇਂ ਸ਼ੇਰਨ ਪੜ੍ਹਨਾ ਚਾਹਦਾ, ਵੱਧਾ ਖਜ਼ੀਆਂ ਚਾਹ ਤੇ ਪੁੱਛਦਾ ਹੈ ਬੇ ਅਕਲਾ ਸ਼ਾਨ ਮੁਹੰਮਦ ਦਾ, ਵਤਖਸੀਆਂ ਚਾਤੇ ਪੁੱਛਦਾ ਹੈ ਬੇਅਕਲਾ ਸ਼ਾਨ ਮੁਹੰਮਦ ਦਾ, ਅਲਹਮਦ ਕਿਨੂ ਬੰਨਾਸ ਤੁਣੀ ਕੁਰਆਨ ਬਿਆਨ ਮੁਹੰਮਦ ਦਾ, ਕੁਰਆਨ ਜਦੀ ਤੌਕੀਰ ਹੋਵੇ ਕੁਲ ਮੁਸਹਫ ਦੀ ਤਫਸੀਰ ਹੋਵੇ, ਹਰ ਮੁਸਕ ਜਦੀ ਤਨਵੀਰ ਹੋਵੇ ਖੁਦ ਆਪ ਸਿਰਾਜ ਮੁਨੀਰ ਹੋਵੇ, ਜਿਹਦੇ ਰੱਬ ਦੀ ਇਹ ਤਾਸੀਰ ਹੋਵੇ ਇੱਕ ਪਿਆਲਾ ਤੋਣੇ ਖੀਰ ਹੋਵੇ, ਕਈ ਸੌਦਾ ਲਸ਼ਕਰ ਰੱਜ ਪੀਵੇ ਆਦੇਖ ਫੈਜ਼ਾਨ ਮੁਹੰਮਦ ਦਾ, ਕਈ ਸੌਦਾ ਲਸ਼ਕਰ ਰੱਜ ਪੀਵੇ ਆਦੇਖ ਫੈਜ਼ਾਨ ਮੁਹੰਮਦ ਦਾ, ਵਤਾ ਖਜ਼ੀਆਂ ਨਾਲ ਨਪੇਂਦਾ ਹੈ ਬੇ ਅਕਲਾ ਸ਼ਾਨ ਮੁਹੰਮਦ ਦਾ, ਵਤਾ ਖਜ਼ੀਆਂ ਨਾਲ ਨਪੇਂਦਾ ਹੈ ਬੇ ਅਕਲਾ ਸ਼ਾਨ ਮੁਹੰਮਦ ਦਾ, ਹੁਬਦਾਰ ਹਮੇਸ਼ ਅਤਾ ਜਾਣਨ ਮਹਬੂਬ ਦੀ ਐਨ ਅਤਾ ਜਾਣਨ, ਹਰ ਨਕਸ਼ ਕੋ ਅਹਿਮ ਪਕਾ ਜਾਣਨ ਬੇ ਮੁਰਸ਼ਿਦ ਕੌਣ ਬਿਲਾ ਜਾਣਨ, ਕਿਵੇਂ ਗੁਲ ਕੋ ਸਾਖ ਹੁਮਾ ਜਾਣਨ, ਇਹ ਭੂਤ ਫਬੀਚਰ ਕਿਆ ਜਾਣਨ, ਇਹ ਅਜ਼ਮਤ ਸੈਯਦ ਬਸ਼ਰ ਦੀ ਹੈ ਨੂਰੀ ਦਰਬਾਨ ਮੁਹੰਮਦ ਦਾ, ਨੂਰੀ ਦਰ
دربان محمد دا وزا غزیاں نال نپیدا ہے بے اقلا شان محمد دا. اور میاں سارے توجہ سمجھا دی پہ میری گل یار کہہ رہا پچھلے حضرات روسے بیٹھو کو دیے نا جے انگریزی سمجھ دا تو وہ پڑھ دیا جے تواری مرضی آوے یار محبت نال شوق نال پیار نال بہو میں تواڈے مطابق ڈھلنا چاہنا توجہ فرمیسو بھائی کو حکم تے جڑے نظم دا اوہی سنوے نا میرا ارادہ میں بہت بڑے نمے نظم لکھ کے آیا مگر شاید دا حکم جو او نظم لازمی اور نبی دا میلاد نبی دی سیرت پوچھ دے قرآن تو دسا کملی والے دا نام مبارک کرنا ہا قرآن دے حجر نہ ہن قرآن دے شجر نہ ہن سیارے نہ ہن ستارے نہ ہن کہیں شاید دا نام و نشان ہا کملی والے دا نام مبارک پہلے ہا توجہ کرتے سن خوش تر علی پوری دسنا چاہندے توجہ کری پیدا اجا ارض و سما نہ تو تے میں نہ ہو ہوا نہ کوئی بشر نہ کوئی صدا کھمڑی بدل نہ می تے وا گم نہ مہا بس لا الہ نہ کوئی جفا نہ کوئی وفا نہ ماگ پن نہ کوئی عطا نہ دیکھ کوئی نہ کوئی عطا تری جھا نہا وط کوئی بیا قسم خدا قسم خدا کیا ابتدا کیا انتہا مقدی مقام نہ مو نشانہ پار دے اروار دا پہلے ہنا سرکار
لشکر تو چھوٹی دی لیلی نہیں مکی جیویں نصیبے دی تھیلی نہیں مکی صدقے محمد تے ڈوڈے دے خوشتر 30 سال پنڈو دی تھیلی نہیں مکی اور اے پیا صحت والی ہے جو من گئیے خوشتر تھئیے او من گئیے تیری منیا مرضی تیری صحیح دی عظمت کو من گئیے حضور دا کرے نا چھڑا روے پی اکھ چھرے نا او دل خوشتر کہیں کام دی نہیں آوے یار دا ناول ٹھرے ہی نا خوشتر کہیں کم دی نہیں آوے یار دنا ول تھرے ہی نہ اور میں جرا ذکر کرنا چاہنا نبی سی دی عظمت عزت سیرت توقیر میری جرت وسط طاقت فرصت نہیں میں دسا سکا مگر انشاءاللہ تواڈے جذبات رسے تے پن حقیقت ہے خوشامد نہیں کر رہا باقی تسا سمجھا تے سنن والے ہو موضوع تو ہٹ تے پڑھنا بہتر نہیں ہوندا رہندا اج موضوع ہے نبی سی دی عظمت سیرت سورت حس ذکر تذکرہ توجہ کر کے بحث شیر پڑھنا چاہتا جب شام سکا مار جب شام سکا مار جب شام سکا مار ڈوبے ہاتھ لہرا تو بولو میں پڑھا جب شام سکا مار جب شام سکا مار پڑھنا چاہتا جب شام سکا مار جب شام سکا مار تھوچو جب شام سکا مار جب شام سکا مار جب شام سکا مار ہے سمجھ آدھی پی سرے کیا کہنی آدھی بھائی جگو شام سکا مار جگو شام سکا مار جگو شام سکا مار جگو شام سکا مار تک تک دیکھے جگو شام سکا مار تک تک دیکھے اے شام سچو ہا بیا کیا پوچھ دی ون ڈائل ایسا جگ شاہ جنفا سر پتتا ہا بیا کیا پوچھ دی ول فجر تلاوت چہرے دی انوار عجب سبحان اللہ جدی جھلک فلک دے پار وجے رفتار عجب سبحان اللہ مو مٹھڑے بول محمد دے مسکار عجب سبحان اللہ وہ مٹھڑے بول محمد دے مسکار عجب سبحان اللہ ذوق وچ بیٹھو یا کہنا چڑھتے ہو سبحان اللہ یار جگ شام سکا مار 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 تک تک دیکھے ہے شام سچو ہا بیا کیا پوچھ دی ول لائر ایسا جگ شاہ سنفا سر پنگتا ہا بیا کیا پوچھ دی ول فجر تیرا بد چہرے دی انوار عجب سبحان اللہ جدی جھلک فلک دے پار وجے رفتار عجب سبحان اللہ وہ مٹھڑے بول محبت دے مسکار عجب سبحان اللہ قرآن مکمل نطق جدا گفتار عجب سبحان اللہ گفتار عجب سبحان اللہ مسک جدید چلوے چکتے نازم نطق دہن عربی چن عرش ملاتی پھل پھل جیتی رخ مہتاب مہن عربی چن اللہ دا اوٹا لائت گلنا یاب چمن عربی چن کائنات معطر تھئی خوشتر توحید دا گل گل چن عربی چن دد موتی ہن کرنا جیجا رخ انور مہتاب ترنا یاب عزت باب خلیل اللہ دے ریڑے دا افتاب ترنا یاب چہرہ دیکھن کیتے جیتا شمس کمر پہ تاب ترنا یاب کائنات دا خوشتر ہر ذرہ اید نور کنو سیلاب ترنا یاب کائنات دا خوشتر ہر ذرہ اید فیض کنو سیلاب ترنا یاب قربان بنا قربان بنا قربان بنا قربان بنا سبحان اللہ مرکا توجہ فرمیسو اللہ سی فرمائے محبوبہ تو بولے دا ونج میں کرے دا ونج تو علے دا ونج میں منے دا ونج مکہ دی دھرتی تے بہت انگل ہلا ورتا دا کام ہے آسمان تے چاندر گڈو ٹکڑے کر تے بنا دے ون میں رب دا کام ہے آ پوچھنا چاہندے توجہ کری شیر دیو نے کہنا اللہ سی فرمائے میں بدل دسا تقدیر اپنی محبوب جی میں فرمے دا آئے میں بدل دسا میں بدل دسا میں بدل دسا تقدیر اپنی محبوب جویں فرمے دا آ کوسار کو سونا کر دسا لب جی میں آپ چلے دا آ میں پتھرے کو بلوا سکتا ہاتھ دشمن تے بلوے دا آ تیری چن اسمان تے من ویسی تو توڑ تے جوڑ پھلے دا آ محبوب تے کو میں آخری دم رنگ جے کو لیندی لیندا آ میں بدل دسا تقدیر اپنی
ਮੈਂ ਬਦਲ ਦੇਸਾਂ ਤਕਦੀਰ ਆਪਣੀ ਜੈ ਆਪਣੀ ਅੰਮਾ ਦਾ ਖੀਰ ਪੀਤੇ ਸੀ ਨੇ ਨਜ਼ਰ ਲਾ ਦੋ ਜਹਾਂ ਜਾਂਦੇ ਕੁਛ ਸੁਭਾਨ ਅੱਲਾਹ ਮੈਂ ਬਦਲ ਦੇਸਾਂ ਤਕਦੀਰ ਆਪਣੀ ਮੈਂ ਬਦਲ ਦੇਸਾਂ ਤਕਦੀਰ ਆਪਣੀ ਰੱਬ ਫਰਮਾਏ ਮੈਂ ਬਦਲ ਦੇਸਾਂ ਤਕਦੀਰ ਆਪਣੀ ਮਹਿਬੂਬ ਜਿਵੇਂ ਫਰਮੇਤਾ ਆ ਕੋਸਾਰ ਕੁਸੋਨਾ ਕਰਦੇ ਸਾਂ ਰੱਬ ਜਿਵੇਂ ਆਪ ਚੁਲੇਤਾ ਆ ਮੈਂ ਪੱਥਰੇ ਕੋ ਬੁਲਵਾ ਸਕਦਾ ਹੱਥ ਦੁਸ਼ਮਣ ਤੇ ਬੁਲਵੇਤਾ ਆ ਤੇਰੀ ਚੰਨ ਅਸਮਾਨ ਤੇ ਮਨ ਵੇਸੀ ਤੂੰ ਤੋੜ ਤੇ ਜੋੜ ਫਨੇਦਾ ਆ ਮਹਿਬੂਬ ਤੇ ਕੋ ਮੈਂ ਆਖਰੀ ਥਮ ਰੱਖ ਜੇ ਕੋ ਲੈਦੀ ਲੈਦਾ ਆ ਨਾ ਲੈਨ ਸਮਾਇਤ ਅਸਮਾਨੇ ਕੋ ਲਤੜੇ ਦਾ ਵਜ ਲਤੜੇ ਦਾ ਨਾ ਲੈਨ ਸਮਾਇ ਦਸਮਾਨੇ ਕੋ ਨਾ ਲੈਨ ਸਮਾਇ ਦਸਮਾਨੇ ਕੋ ਲਤੜੇ ਦਾ ਵਜ ਲਤੜੇ ਦਾ ਆ ਸਜ ਸੋ ਛਲ ਤੇ ਚਮਕਾਰੇ ਵੀ ਸਜ ਸੋ ਛਲ ਤੇ ਚਮਕਾਰੇ ਵੀ ਚੰਨ ਬਲ ਤੇ ਤਾਰੇ ਤੈਕੀ ਤੇ ਰੱਬ ਅਰਸ਼ ਤੇ ਆਦੇ ਮਹਿਬੂਬ ਆ ਜਾ ਉਧਾਰ ਨਜ਼ਾਰੇ ਤੈਕੀ ਤੇ ਰੱਬ ਅਰਸ਼ ਤੇ ਆਦੇ ਮਹਿਬੂਬ ਆ ਹਜ਼ਰਤ ਫਰਮੈਨ ਸ਼ੇਰ ਵਾਲ ਪੜ ਤੁਹਾਡਾ ਦਿਲ ਆ ਕੇ ਸ਼ੇਰ ਵਾਲ ਪੜਾਉ ਚਾਹ ਚਾਹ ਦੇ ਵਾਲੋ ਮੈਂ ਬਦਲ ਦੇਸਾਂ ਤਕਦੀਰ ਆਪਣੀ ਮੈਂ ਬਦਲ ਦੇਸਾਂ ਤਕਦੀਰ ਆਪਣੀ ਮਹਿਬੂਬ ਜਿਵੇਂ ਫਰਮੇ ਥਾ ਕੋਸਾਰ ਕੁਸੋ ਨਾ ਕਰਦੇ ਸਾਂ ਲੱਭ ਜਿਵੇਂ ਆਪ ਚੁਲੇਦਾ ਆ ਮੈਂ ਪੱਥਰੇ ਕੋ ਬੁਲਵਾ ਸਕਦਾ ਹੱਥ ਦੁਸ਼ਮਣ ਤੇ ਬੁਲਵੇਦਾ ਆ ਤੇਰੀ ਚੰਨ ਅਸਮਾਨ ਤੇ ਮਨ ਵੇਸੀ ਤੂੰ ਤੋੜ ਤੇ ਜੋੜ ਫਲੇਦਾ ਆ ਮਹਿਬੂਬ ਤੇ ਕੋ ਮੈਂ ਆਖਰੀ ਤਮ ਰੱਖ ਜੇ ਕੋ ਲੈਦੀ ਲੈਦਾ ਆ ਨਾ ਲੈਨ ਸਮਾਇ ਦਸਮਾਨੇ ਕੋ ਲਤੜੇਦਾ ਵਜ ਲਤੜੇਦਾ ਆ ਸੱਚ ਸੋ ਛਲ ਤੇ ਚਮਕਾਰੇ ਵੀ ਚੰਨ ਬਲ ਤੇ ਤਾਰੇ ਤੈਕੀ ਤੇ ਰੱਬ ਅਰਸ਼ ਤੇ ਆਦੇ ਮਹਿਬੂਬਾ ਚੌਥਾਰ ਨਸਾਰੇ ਤੈ ਜਦ ਬੈਠੀ ਅੱਗੇ ਨਾ ਮਰਦਾ ਜਦ ਬੈਠੇ ਉੱਚ ਬੋਲ ਸੁਭਾਨ ਅੱਲਾਹ ਹੈ ਮਹਿਬੂਬ ਕੋ ਆਖਿ ਮਤੈ ਕੀ ਤੇ ਮਹਿਬੂਬ ਕੋ ਆਖਿ ਮਤੈ ਕੀ ਤੇ ਇਹ ਤਾਰੇ ਤੈ ਕੀ ਤੇ ਇਹ ਸਭ ਕੁਝ ਤੈ ਕੀ ਤੇ ਤਵੱਜੋ ਕਰੀ ਸ਼ੇਰ ਲੈਣਾ ਚਾਹਦਾ ਇੱਕ ਵੀ ਜੁਮਲਾ ਯਾਦ ਆ ਗਏ ਪੜ੍ਹਨਾ ਚਾਹਦਾ ਅੱਲਾਹ ਵਾਸਤੇ ਤਵੱਜੋ ਕਰੀ ਤਖਲੀਕ ਤੇ ਬੰਦਰੇ ਦਿਲ ਪਰ ਦੀ ਤਖਲੀਕ ਤੇ ਬੰਦਰੇ ਦਿਲ ਪਰ ਦੀ ਤਵੱਜੋ ਤਵੱਜੋ ਮੋਦੀ ਤੇ ਤਖਲੀਕ ਤੇ ਬੰਦਰੇ ਦਿਲ ਪਰ ਦੀ ਰੱਬ ਮਹਿਫਿਲ ਆਪ ਸਜਾਈ ਬੈਠੇ ਇਹਦੇ ਵਾਂਗੂ ਜਗ ਤੇ ਜੋੜਿਆ ਨਹੀਂ ਬਰਫਾਨਾ ਖੁਦ ਫਰਮਾਈ ਬੈਠੇ ਇੱਕ ਨੂੰ ਜਗ ਦਾ ਸੁਲਤਾਨ ਲਿਖਾ ਯਾਸੀਨ ਤਹਾ ਕੁਰਾਨ ਲਿਖਾ ਇਹਦੀ ਅੱਖ ਕੋ ਐਨ ਇਮਾਨ ਲਿਖਾ ਕਹੀਂ ਜਾਤੇ ਬਲ ਫੁਰਕਾਨ ਲਿਖਾ ਜਬਰੀਲ ਕੋ ਮੈਂ ਦਰਬਾਨ ਲਿਖਾ ਇੱਕ ਜੀਵਨ ਤੇ ਜਿੰਦ ਜਾਨ ਲਿਖਾ ਵੇ ਜਿਹਦੇ ਨਾਂ ਦਾ ਤਸਬੀਹ ਕਰਨੀ ਪੜ ਝਰ ਜੰਗਲੇ ਕੋ ਰੰਗ ਲਈ ਬੈਠੇ ਤਖਲੀਕ ਦੇ ਬੰਦਰੇ ਦਿਲ ਪਰ ਦੀ ਰੱਬ ਮਹਿਫਿਲ ਆਪ ਸਜਾਈ ਬੈਠੇ ਤਖਲੀਕ ਦੇ ਬੰਦਰੇ ਦਿਲ ਪਰ ਦੀ ਰੱਬ ਮਹਿਫਿਲ ਆਪ ਸਜਾਈ ਬੈਠੇ ਕੁਰਾਨ ਮਜੀਦ ਆਯਾਤ ਦੇ ਵਿੱਚ ਕੁਰਾਨ ਮਜੀਦ ਆਯਾਤ ਦੇ ਵਿੱਚ ਇਹਦਾ ਜ਼ਿਕਰ ਜ਼ਬੂਰ ਤੌਰਾਤ ਦੇ ਵਿੱਚ ਤੁਸਾਂ ਜੋ ਜਾਗਦੇ ਬੈਠੋ ਤੁਹਾਡੇ ਵਾਸਤੇ ਖੁਸ਼ਖਬਰੀ ਦਾ ਸ਼ੇਰ ਹੈ ਤਵੱਜੋ ਫਰਮਾਏ ਕੁਰਾਨ ਮਜੀਦ ਆਯਾਤ ਦੇ ਵਿੱਚ ਇਹਦਾ ਜ਼ਿਕਰ ਜ਼ਬੂਰ ਤੌਰਾਤ ਦੇ ਵਿੱਚ ਵੀ ਰਜਬ 27 ਰਾਤ ਦੇ ਵਿੱਚ ਅਈ ਦਸ ਹੋਸੀ ਮੁਲਾਕਾਤ ਦੇ ਵਿੱਚ ਹੁਣ ਹੁਣ ਹੋਸੀ ਕਾਇਨਾਤ ਦੇ ਵਿੱਚ ਓਏ ਗੁਨਾਹਗਾਰ ਉਮਤ ਦੇ ਜੁਰਮਾਂ ਤੇ ਰਹਿਮ ਦਾ ਕਲਮ ਫਿਰਾਈ ਬੈਠੇ ਗੁਨਾਹਗਾਰ ਉਮਤ ਦੇ ਜੁਰਮਾਂ ਤੇ ਗੁਨਾਹਗਾਰ ਉਮਤ ਦੇ ਜੁਰਮਾਂ ਤੇ ਉਹ ਰਹਿਮਤ ਕਲਮ ਫਿਰਾਈ ਬੈਠੇ ਮਾਸ਼ਾਅੱਲਾ ਭਾਈ ਅਬਦੁਲ ਰਹਿਮਾਨ ਮਦਨੀ ਨੇ ਬੜੀ ਮਿਹਨਤ ਕਰਦੇ ਦੁਆ ਕੋ ਮਿਲਾਏ ਮੈਂ ਪਹਿਲੇ ਆਰਸ਼ ਕੀਤੇ ਜੋ ਜਨਾਬ ਲੰਬਾ ਜਿੰਦਰ ਪੜ੍ਹਾਉਣ ਨਾਲ ਹੈ ਬੜਾ ਸਿਹਰ ਹੈ ਜੋ ਪਹਿਲੇ ਦਾ ਪੜਵਾਵਾਂ ਹਕੀਕਤ ਹੈ ਰਾਤ ਮੈਂ ਛੰਗ ਦਾ ਸਫ਼ਰ ਕਰਕੇ ਸਾਰੀ ਰਾਤ ਸਫ਼ਰ ਪਰ ਰਾਤੀ ਖਾਨਪੁਰ ਦੇ ਰਹੀ ਮੇਰ ਖਾਂ ਦੇ ਇਲਾਕੇ ਦੇ ਅੰਦਰ ਜਨਪੁਰ ਦਾ ਇਲਾਕਾ ਹੈ ਉਹ ਜਗ੍ਹਾ ਦੇ ਉੱਤੇ ਥਕਾਵਟ ਇਤਨੀ ਹੈ ਮੈਂ ਸੁੱਤਾ 11:30 ਵਜੇ ਉੱਠਾ ਮੈਂ ਕਿ ਪਤਾ ਨਹੀਂ ਕਿਹੜੇ ਗਏ ਕੁੰਡੇ ਦੇ ਤੇ ਸੁੱਤੇ ਆ ਉਠਾ ਉਠਾ ਤੇ ਥੱਕ ਗਏ ਤੇ ਭਾਵੇਂ ਨਹੀਂ ਉੱਠੇ ਤਵੱਜੋ ਕਰੇ ਸੋ ਮੈਂ ਕੋਈ ਜੁਮਲੇ ਸੁਣਵਾਉਣਾ ਚਾਹਨਾ ਨਬੀ ਦੀ ਸੀਰਤ ਨਬੀ ਦੀ ਸੂਰਤ ਨਬੀ ਦੀ ਅਸਮਤ ਨਬੀ ਦੀ ਇੱਜ਼ਤ ਮਾਕਾ ਜਾਗਦੇ ਬੈਠੋ ਜਾਂ ਕਰਵੇ ਜਾਗਦੇ ਬੈਠੇ ਜਿਹੜੇ ਜਾਗਦੇ ਬੈਠੋ ਉੱਚਾ ਬੋਲੋ ਸੁਭਾਨ ਅੱਲਾਹ ਮੈਂ ਦੁਆ ਕਹਾਂ ਕਿ ਮੇਰਾਜ ਤੇ ਮਿਲਾਦ ਪੜ੍ਹਨਾ ਚਾਹੁੰਦਾ ਮੈਂ ਇੱਕ ਸ਼ੇਰ ਪੜ੍ਹਦਾ ਅਗਰ ਮੇਰੇ ਹੀ ਸ਼ੇਰ ਤੇ ਮਿਲੋ ਸੋ ਤਾਂ ਅਗੋ ਤੇ ਪੜ੍ਹਦਾ ਨਾ ਤੇ ਇਜਾਜ਼ਤ ਚਾਹਸਾਂ ਕਹੀਂ ਪੁੱਛੇ ਜਬਰੀਲ ਇਹ ਦਸਾ ਮਹਿਬੂਬ ਦਾ ਚਿਹਰਾ ਡਿੱਠੀ ਹਾਂ ਸੁਣਿਆ ਅੱਖਾਂ ਡਿੱਠੀ ਜੀ ਹੋਂਠ ਮੁਬਾਰਕ ਹਾਂ ਦੇਖਦੇ ਜ਼ਿਆਦਾ ਮਜ਼ਾ ਕੱਢਾ ਹੈ ਜਬਰੀਲ ਆਦੇ 27 ਰੱਛਾ ਉਮੇ ਹਾਨੀ ਦਾ ਘਰ ਮਹਿਬੂਬ ਦੇ ਤਲਿਆਂ ਮੈਂ ਪਰ ਖੁਸ਼ਤਾਰਾ ਦੇ ਤਵੱਜੋ ਕਰ ਜਬਰੀਲ ਚਾਹ ਦੇ ਇੱਕ ਜੁਮਲਾ ਲਿਆਉਣਾ ਚਾਹਨਾ ਚਾਹੇ ਅੱਖ ਮਹਿਬੂਬ ਦਾ ਰੁੱਖ ਤਾਹੇ ਅੱਖ ਪਲ ਦੇਖਣ ਦੇ ਸ਼ੌਕ ਚ ਹੈ ਕਹੀਂ ਅੱਖ ਕੋ ਰੱਜ ਦੀਦਾਰ ਥੀਆ ਕੋਈ ਅੱਜ ਚਾਹੀ ਅੱਖ ਦੇ ਸ਼ੌਕ ਚ ਹੈ ਚਾਹੇ ਦੀ ਗੋਲੂ ਕਦਮੈਨ ਮਿਲੇ ਨਾ ਹੂ ਦੀਦਾ ਸਹੀ ਸ਼ੌਕ ਚ ਹੈ ਇੱਕ ਵਾਰੀ ਖੁਸ਼ਤਰ ਪੇਰ ਚੁਮੇਨ ਜਬਰੀਲ ਆ ਜਾਣਦਾ ਹੀ ਸ਼ੌਕ ਚ ਹੈ ਇੱਕ ਵਾਰੀ ਖੁਸ਼ਤਰ ਫੇਰ ਚੁਮਿਲ ਜਬਰੀਲ ਅਜਣ ਤਈ ਸੌਕ ਚ ਹੈ ਮੀਆਂ ਤਵੱਜੋ ਹੈ ਨਾ ਸ਼ੇਰ ਸੁਣੋ ਸਾਹਿਬ ਤੇ ਬੈਠੋ ਜਾਂ ਕਹਿਣਾ ਵਰਗਾ ਸਾਰੇ ਜਾਗਦੇ ਬੈਠੋ ਅੱਛਾ ਇੱਕ ਵੀ ਸ਼ੇਰ ਪੜ੍ਹਾ ਯਾਰ
देखो सारे जिक्र थी रह गए मैं आज जरे जिक्र कर एक एक शेर परसा एक एक सारे थे अम्मा आयशा ते एक शेर जनाब अली सिद्दीक अकबर ते एक शेर फारूक आजम ते एक शेर सैयद ना इमाम हुसैन ते एक शेर तवज्जो है ना जौक नाल बोलो ना जौक नाल आखो सुभान अल्लाह और सुनो और एक भाई नज़्म दे दू मोती दू शेर दू जुमले पढ़ना चाहना नबी दी सीरत ते मर का तवज्जो मैं इवें क्योंकि आमद महीने दी ते आदन ताया नहीं चाहता खुश दर अली पुरिया दे कूड़े तवज्जो है ओए अल्लाह दे बंदे ई काबिल ना हन चावण वाले ने चावण नहीं दिता हैं तवज्जो फरमाओ इवें सारी एक शरीकी दी मिसाल है ना मालो ना कोई शहर ते कि मैं ठाए वने ना कोई शहर पीछे इवें हाथ मसले दे ना दन हाय 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 क्या थी ते इवें एक छुरमट पड़ा के ना अपने आप को आ जान अरे है नी एक कौन है जेरी आखिर आइए अंधेरा मुकई वेंदिए रोशनी पई अंदिए नूर चई वेंदिए ओड़े ओड़े तवज्जो करी पीछे अपनी किस्मत ते नादिम थी त्या जहान जद आमद शाह लौला दी थई हई तैफ तो पई हर तई में थी वल बाल अमीर में चावन लाओ हर तई हई आशा पई में थी वल देख ते किस्मत साधिया दी हर तई हैरान हई थई में थी पीछे आपको खुश तरा जहान ओड़े कहली मा चई में थी आप को खुश तरह जहान ओ देख हलीमा चाहिए वेंदी मियां हलीमा चाहत गई है पई ए जा लाल प्यारा तवज्जो करी शेर सुन मई आमना दा लाल है बकरियां चरे ते क्या दसा टोटे करे ते चंद्र को फंते जुड़े ते क्या दसा वाली अरब चोले उते ताका पले ते क्या दसा अग्नि ते टोटे नाल वल वण प्या टुरे ते क्या दसा लब ला करई अखी जा वल दी ता वले ते क्या दसा ਵੇ ਫਰ ਥਾਂ ਗਿਆ ਥਣ ਨੀਰੂ ਚਾ ਬੱਕਰਿਆਂ ਨੂੰ ਹੈ ਦੇ ਚਾ ਦਸਾ ਬੀਬੀ ਪਰੀਰਾ ਸਮ ਵਜੇ ਪੰਖਾ ਛਲੇ ਦੇ ਚਾ ਦਸਾ ਐਸ਼ਾ ਦੀ ਰੁੱਲੀ ਸੋਈ ਮਿਲੇ ਸਹੀ ਮੁਸਕਰੇ ਦੇ ਚਾ ਦਸਾ ਵੇ ਪੁਣਦੀ ਹੈ ਜਿਹੜੀ ਰੋਜ਼ ਵੱਲ ਪੁੱਛਣ ਪਵੇ ਦੇ ਚਾ ਦਸਾ ਗੰਢੜਿਆਂ ਵੀ ਸਿਰ ਤੇ ਚਾ ਕਰੇ ਘਰ ਪਿਆ ਪੁਜੇ ਦੇ ਚਾ ਦਸਾ ਗੰਢੜਿਆਂ ਵੀ ਸਿਰ ਤੇ ਚਾ ਕਰੇ ਮਾਰਕਾ ਸੈਯਦ ਮਦੀਨੇ ਤੂੰ ਚੱਲੇ ਕਰਬਲਾ ਪਹੁੰਚੇ ਫਰਮਾਇਨੇ ਕੂਫੀਓ ਸੁਜਾਨੋ ਮੈਂ ਕੌਣ ਥੀ ਹਾਂ ਅਲੀ ਦਾ ਪੁੱਤਰ ਹਾਂ ਫਾਤਿਮਾ ਦਾ ਲਾਲ ਹਾਂ ਮੈਂ ਉਹ ਹੁਸੈਨ ਹਾਂ ਨਬੂਵਤ ਜੇ ਕੋ ਮੁਝੇ ਤੇ ਚਾ ਤੇ ਖਿਦੈਂਦੀ ਹੈ ਮੈਂ ਉਹ ਹੁਸੈਨ ਹਾਂ ਨਬੂਵਤ ਜੇ ਕੋ ਫੋਸੇ ਦੇਂਦੀ ਹੈ ਅੱਜ ਇੱਕ ਫੁੱਟ ਪਾਣੀ ਨਿਵੇ ਦੇਂਦੇ ਤਵੱਜੋ ਇੱਕ ਸ਼ੇਰ ਦੇਵਣਾ ਚਾਹਨਾ ਸੈਯਦਾ ਦੇ ਸੁਜਾਨ ਰੱਖੋ ਮੈਂ ਕੌਣ ਥੀ ਹਾਂ ਇਹ ਪਾਕ ਕੌਣ ਹੈ ਪਲੀਤ ਕੌਣ ਹੈ ਇਹ ਕੌਣ ਪੀਤਾ ਸ਼ਰਾਬ ਹੈ ਵੇ ਕਿਤਾਬ ਪੜ੍ਹਦਾ ਮਜੀਦ ਕੌਣ ਹੈ ਇਹ ਪੜ੍ਹਤੇ ਕੌਣ ਹੈ ਨਬੀ ਕੋ ਦੇਖੋ ਨਬੀ ਦੇ ਨੈਨਾ ਦੀਦ ਕੌਣ ਹੈ ਹਲਾਲੀ ਖਸ਼ਤਰ ਸੁਨਾਨ ਸਕਦੇ ਨੂੰ ਹੁਸੈਨ ਕੌਣ ਹੈ ਯਦੀਦ ਕੌਣ ਹੈ ਜਿਹੜਾ ਫਰ ਸਕਦੇ ਉਹ ਫਰ ਪੋਵੇ ਸਿੱਦੀਕ ਦੇ ਨਾਂ ਤੇ ਫਰ ਪੋਵੇ ਇਹਦਾ ਮੁਨਕਰ ਖਸ਼ਤਰ ਦੋਸ ਕੀ ਹੈ ਤੋੜੇ ਹਰਮ ਸ਼ਰੀਫ ਤੇ ਮਰ ਪੋਵੇ ਜਿਹੜਾ ਫਰ ਸਕਦੇ ਉਹ ਫਰ ਪੋਵੇ ਹੈ ਸਿੱਦੀਕ ਦੇ ਨਾਂ ਤੇ ਫਰ ਪੋਵੇ ਇਹਦਾ ਮੁਨਕਰ ਖਸ਼ਤਰ ਦੋਸ ਕੀ ਹੈ ਤੋੜੇ ਹਰਮ ਸ਼ਰੀਫ ਤੇ ਮਰ ਪੋਵੇ ਔਰ ਜੇ ਜਸਬਾ ਉਮਰ ਦਾ ਅੰਦਰ ਕੈ ਨਹੀਂ ਰਹਤਾ ਤਾਂ ਜੰਨਤ ਦੇ ਰਹਤਾ ਉਹ ਘਰ ਕੈ ਨਹੀਂ ਰਹਤਾ ਮੋਮਿਨ ਦੇ ਦਿਲ ਵਿੱਚ ਸਦਾ ਵਸਦੇ ਖਸ਼ਤਰ ਮੁਨਾਫਿਕ ਦੇ ਦਿਲ ਵਿੱਚ ਉਮਰ ਕੈ ਨਹੀਂ ਰਹਦਾ ਉਪਰ ਜਹਿਆਤ ਫਲਕੇ ਦਾ ਹਰ ਹਾਲ ਸ਼ਰਾਫਤ ਨਹੀਂ ਛੋੜੀ ਸਰਸੇ ਵਰ ਮਾਲ ਸਫੀ ਦਿੰਦਾ ਸਰਦਾਰ ਸਖਾਵਤ ਨਹੀਂ ਛੋੜੀ ਇੱਕ ਝੁਕਣਾ ਖਾਲਕ ਅਕਬਰ ਕੋ ਇਹ ਖੁਸ਼ਤਰ ਆਦਤ ਨਹੀਂ ਛੋੜੀ ਤੋੜੇ ਚੱਲ ਹੀ ਦੀ ਬਦ ਪਾਣੀ ਥੇ ਉਸਮਾਨ ਤਿਲਾਵਤ ਨਹੀਂ ਛੋੜੀ ਅੱਲਾ ਨਬੀ ਦੀ ਉਲਫਤ ਹਯਾਤ ਪੈ ਕਰ ਨਬੀ ਦੀ ਇੱਫਤ ਵਕਾਰ ਆਇਸ਼ਾ ਨਬੀ ਦੀ ਉਲਫਤ ਨਬੀ ਦਾ ਪੈ ਕਰ ਨਬੀ ਦੀ ਇੱਫਤ ਵਕਾਰ ਆਇਸ਼ਾ ਨਬੀ ਦੇ ਚਿਹਰੇ ਤੇ ਪਿਆਰ ਦੇਵੇ ਵਫਾ ਦਾ ਓਛਣ ਮਿਆਰ ਆਇਸ਼ਾ ਹਜ਼ੂਰ ਸਹੀ ਦਾ ਸਕੂਨ ਆਇਸ਼ਾ ਕਿਤੇ ਦੇ ਘਰ ਦਾ ਸਿਗਾਰ ਆਇਸ਼ਾ ਜ਼ਰੂਰ ਖਸ਼ਤਰ ਮਿਠਾਸ ਵਾਂਗੂ ਇਹ ਗਾਲ ਤੇਰੀ ਸੁਬਾਨ ਦੀ ਆਇਸ਼ਾ ਅਲੀ ਦੇ ਪੁੱਤਰੇ ਦੀ ਪਾਕ ਨਾਮੀ ਤੂੰ ਅੰਨਾ ਸਾਰੇ ਜਹਾਂ ਦੀ ਆਇਸ਼ਾ ਮਰਕਾ ਇਹ ਟਾਈਮ ਇੱਕ ਤੂੰ ਕਰੀ ਉੱਤੇ ਟੱਪਦਾ ਪਏ ਤੁਹਾਡੀ ਦੁਆ ਨਾਲ ਮੈਂ ਜੀ ਤੂੰ ਸੜ ਮਰ ਭੁਜ ਜੋ ਕੁਝ ਥੀ ਮੈਂ ਚੋਹੀ ਰੋਦ ਜੋਹਰ ਲਿਖਸਾ ਤੂੰ ਸੜ ਮਰ ਭੁਜ
جو کچھ تھی میں جوہری روز جوہر لکھ سا سرکار دے سالے ماگا کو اسلام دا شمس کمر لکھ سا تو شڑ مر بھج جو کچھ تھی میں جوہری روز جوہر لکھ سا سرکار دے سالے ماگا کو اسلام دا شمس کمر لکھ سا مار کا کچھ موتی دے ہونا چاہنا میں تو لکئی کھڑا ہم انہیں نمے ایک شیر دو چار جناب اعلی ہیں تو میں تو سنواونا چاہنا توجہ فرمیسو عمر کون ہے توجہ ہے نا عمر کون ہے یہ میں ایک بالکل نمی نظم لکھی ہے جیری جو تو آپ سنواونا چاہنا نبی دا سہرا دماد حیدر عدل دا محور خدا دی قسمے توجہ ہے کائنا اور سن سو تو کچھ پلے پیسو نبی دا سہرا دماد حیدر یہ آخری نظم پڑھنا چاہنا توجہ فرمیسو نبی دا سہرا دماد حیدر عدل دا محور خدا دی قسمے فاروق اعظم تو ڈرتے رہ گن کفر دے تیور خدا دی قسمے عطا ربی دا خاص تحفہ بے خیم عطا ربی دا خاص تحفہ بے عیب زیور خدا دی قسمے اے واضح واضح عمر دے حق خدا دی فیور خدا دی قسمے واضح واضح خدا دی قسم ہے واضح واضح عمر دے حق وچ خدا دی فیور خدا دی قسم ہے تیل واپس زمین کرے دی زمین تے لگے عمر دا مکا عمر دی چٹھی دی لاج خوشتر نیل آج دی والا نی سکا عمر دی چٹھی دی لاج خوشتر نیل آج دی والا نی سکا اور توجہ کری میں جان دیکھنا چاہنا کتنی دوست شاعری کو سمجھن عمر دی آئن وچ عدل دی اکھے عمر دی آئن وچ عدل دی اکھے عمر دی آئن وچ عدل دی اکھے عمر تو ڈرتا شر توجہ میں ول ہوئے عمر دی آئن وچ عدل دی اکھے عمر دی میمے جو موت پر رہے عمر دی آئن وچ عمر دی آئن وچ عدل دی اکھے عمر دی میمے جو موت پر رہے عمر دی رے وچ رضا ربی عمر دی رے وچ رضا ربی عمر تو ڈرتا شرور شر رے عمر دے آمر دے اج تلک بھی اے دین نبی طلوع سحر رے عمر دا حل میں حلالی ہاں وچ عمر دا حل میں حلالی ہاں وچ عمر کو من گھن جو ہے امر رے او لوکان آبادی نبیا ہائے لوکان آبادی نبیا اکھیں دے عمر دے بارے لوکان آبادی نبیاں نبی اکھیں دے عمر دے بارے عقل دا دارو خدا بنے دے اجا وی پچھدن عقل دے مارے وہ عقل دا دارو خدا بنے دے اجا وی پچھدن عقل دے مارے عمر دی حبتا حبیب بن من سکون مل دے تے راحت مل دی عمر دا بن من امیر تھی سے زمانے بھر دی وی چاہت مل دی الغیب کولو ہے رزق مل دا نہ کہیں دی ہارے ہے کہت مل دی اندر دے من دی ہے مائل مک دی ہے سنگ دھوی دی وجاہت مل دی میں سچ اکھیں دا کہوں تا خوش تر اے لفظ میرے وی سخت لگدن عمر دے نام کو ہے ٹھیر برکت جو نام مرادیں کو بخت رکھتے عمر دے نام کو ہے ٹھیر برکت جو نام مرادیں کو بخت لگدن مرکا بھاگ کافی وقت تھی گے اللہ تو کو دیر کا سلامت رکھے دیکھو بھائی سارے نعت خانے کو سن دے رہے گیو ہر کہیں کو تساں سنے تمام حضرات کو سن دے رہے گیو تساں اپنے قیمتی ٹائم دے وچوں میں نال اقبال ہے سارے ایک بہت بڑے بزرگ روحانی شخصیات گزرے سید نفیس آل حسین شاہ رحمت اللہ علیہ انہیں ایک نبی سیندی منقبت لکھی ہے بڑے خوبصورت والا اکثر نعت خان سنویں دن دعا منگتے ہوئے سو تری چار منٹ کے بعد سارے نعت خان کی تساں خدمت کیتی ہے اے شو دا آخر ہے میرا ڈرائیور بھی ہے نعت خان بھی ہے شاگرد بھی ہے اے تو آپ کو سنویں دے اگر رزق حلال وچ دی خدمت کر لے سو تے اے رات دا جڑا آخری حصہ ہے اے مقبولیت دا ویلا ہوندے تارے اے 50 40 100 دا وی نال اے امیر نہ تھی سی تسا غریب نہ تھی سو اے نبی دی مدح کرے دا رہے سی تارے حق دعا کرے سی تسا سارے حضرات خدمت کرے سو درود شریف اللہ علیہ وسلم میرا رب اکبر تیرے کعبے دا سے اسے
خوشتر کل کائنات بنی دل درد بنا دلی چسے میری الفت مدینے سے یوں ہی نہیں میرے آقا کا روزہ مدینے میں ہے سبحان اللہ میری الفت مدینے سے یوں ہی نہیں میرے آقا کا روزہ مدینے میں ہے میں مدینے کی جانب نہ کیسے کھچوں میرا دین اور دنیا مدینے میں ہے پھول کھلتے ہیں پر پڑھ کے صلی اللہ جھوم کر کے رہی خوشبو چمل کے گلو میں کہاں جتنے ساتھی بیٹھے ہوئے درود شریف پڑھ لو اللہم صل علی محمد النبی الامی وعلی آلہ وسلم تسلیما اج دی محفل میں بھائی ذوالفقار صاحب انہاں دے رفقا رشتہ دار جنہاں نے خدمت کیتی ہے اور خصوصاً بھائی خواجہ عبدالرحمان مدنی صاحب انہوں کا شکریہ بھی ادا کرے نا اور دعا کرو کہ اللہ پاک قبول فرماوے اللہ پاک مزید ترقیہ نصیب فرماوے اور ایک اعلان سن کے نو سارے اپنے جامعہ فاروقیہ دے الفاروقیہ ٹرسٹ دے تحت ترینی اکھی دا کیمپ لگتا پے منگل بدھ خمیس ہی آدھے منگل بدھ خمیس جنہاں دے اکھیں دے وچ سفید موتیا یا کالا موتیا ہے اور انہوں نے آپریشن کراونے مفت آپریشن ہو سی مفت لینز پاتا ہوئے سی رہائش بھی مفت کھانا بھی مفت اور ڈاکٹر دی فیس بھی کوئی نہ ہو سی یہ سارا علاج ہو سی انشاءاللہ العزیز اور دوجی درخواست یہ ہے کہ 13 ربیع الاول